ਸਾ ਨੌਹਾਂ ਦੀ ਕਿਰਤ ਕਮਾਈ ਕਰਦਾ ਸੀ ਉਹਨੂੰ ਸਤਿਕਾਰ ਦਿੱਤਾ ਬਾਣੀ ਨੇ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੋ ਅਤੇ ਇੱਕੋ ਸ਼ਬਦ ਵਿੱਚ ਭਾਈ ਲਾਲੋ ਦਾ 7 ਵਾਰ ਨਾਂ ਆਉਂਦਾ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਹੁਣ ਭਾਈ ਲਾਲੋ ਦਾ ਨਾਂ ਆ ਜਾਣਾ ਸਾਨੂੰ ਇਹ ਦ੍ਰਿੜ ਕਰਵਾਉਂਦਾ ਕਿ ਕਿਵੇਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਪਰ ਪਕਾਰ ਦਾ ਸਿਧਾਂਤ ਤਾਂ ਹੈ ਹੀ, ਨਾਲ ਦੀ ਨਾਲ ਉਹਨਾਂ ਕਿਰਤੀਆਂ ਦਾ ਵੀ ਸਤਿਕਾਰ ਹੈ ਜਿਹੜੇ ਦਸਾਂ ਨੌਹਾਂ ਦੀ ਕਿਰਤ ਕਰਦੇ ਨੇ। ਅਤੇ ਗੁਰੂ ਨਾਨਕ ਨੇ ਨਾਲ ਇਹ ਵੀ ਦੱਸ ਦਿੱਤਾ ਬਈ ਸੱਜਣਾ ਇਕੱਲੀ ਕਿਰਤ ਨਹੀਂ, ਨਾਲ ਉਸ ਕਿਰਤ ਤਨ ਦੇਣ ਵਾਲੇ ਦਾ ਉਸ ਦੀ ਕੀਰਤੀ ਨਾਲ ਵੀ ਜੁੜੀ। ਕਿਤੇ ਐਸਾ ਨਾ ਹੋਵੇ ਕਿ ਕਿਰਤ ਕਰੇ ਰੱਬ ਦੀ ਕੀਰਤੀ ਨਾਲ ਉਹ ਤੋਂ ਟੁੱਟ ਜਾਏ, ਕਿਉਂਕਿ ਅੱਜ ਐਸਾ ਹੁੰਦਾ ਦੀਵਾਲੀ ਦਾ ਤਿਉਹਾਰ। ਅਸਲ ਵਿੱਚ ਸਾਧ ਸੰਗਤ ਜੀ ਸਾਨੂੰ ਮਨੁੱਖਤਾ ਨੂੰ ਜਿਹੜੀ ਕਿਰਤ ਨਾਲ ਜੋੜਿਆ ਸੀ ਗੁਰੂ ਨੇ, ਉਹ ਕਿਰਤ ਦੇ ਨਾਲ ਜਦੋਂ ਕੀਰਤੀ ਟੁੱਟ ਗਈ, ਜਦੋਂ ਰੱਬ ਦੀ ਪੂਜਾ ਟੁੱਟ ਗਈ, ਅਤੇ ਆਪਾਂ ਧੰਦਿਆਂ ਦੀ ਅਤੇ ਮਾਇਆ ਦੀ ਪੂਜਾ ਸ਼ੁਰੂ ਕਰ ਦਿੱਤੀ, ਅਤੇ ਸਾਧ ਸੰਗਤ ਜੀ ਹੋਇਆ ਕਿ ਦੀਵਾਲੀ ਦਾ ਤਿਉਹਾਰ ਆਉਂਦਾ ਸੀ ਅਤੇ ਇਹਨੂੰ ਆਮ ਕਰਕੇ ਜਿਹੜੇ ਕਾਰੋਬਾਰੀ ਸੀ ਨਾ, ਉਹ ਕਾਰੋਬਾਰੀ ਇਹਨੂੰ ਆਪਣੇ ਲਈ ਨਵਾਂ ਸਾਲ ਮੰਨਦੇ ਨੇ। ਇਸ ਦਿਨ ਬਹੀਆਂ ਖਾਤੇ ਨਵੇਂ ਸ਼ੁਰੂ ਕੀਤੇ ਜਾਂਦੇ ਸਨ ਅਤੇ ਸਾਧ ਸੰਗਤ ਜੀ ਰੱਬ ਦਾ ਨਾਂ ਲੈ ਕੇ ਇਹ ਕਾਰਜ ਸ਼ੁਰੂ ਹੁੰਦਾ ਸੀ। ਪਰ ਗੁਰੂ ਦੇ ਇਤਿਹਾਸ ਵਿੱਚੋਂ ਅਤੇ ਬਾਣੀ ਦੇ ਵਿੱਚੋਂ ਸਾਨੂੰ ਇਹ ਸਿਧਾਂਤ ਮਿਲਦਾ ਕਿ ਸੱਜਣਾ ਧੰਦਾ ਵੀ ਕਰ ਪਰ ਧੰਦੇ ਦੇ ਨਾਲ ਧਰਮ ਨੂੰ ਵੀ ਕਮਾ। ਗੁਰੂ ਅਰਜਨ ਦੇ ਪਾਤਸ਼ਾਹ ਕੋਲ ਇੱਕ ਸਿੱਖ ਆਇਆ, ਉਹਨੇ ਸਵਾਲ ਕਰ ਦਿੱਤਾ ਸੀ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਕਿ ਸੱਚੇ ਪਾਤਸ਼ਾਹ ਇਹ ਦੱਸੋ, ਧੰਦਾ ਤਾਂ ਅਸੀਂ ਕਰਦੇ ਹਾਂ ਪਰ ਧਰਮ ਕਮਾਉਣਾ ਧੰਦੇ ਵਿੱਚ ਬੜਾ ਔਖਾ ਹੈ। ਅਸੀਂ ਗ੍ਰਹਿਸਥੀ ਹਾਂ, ਗ੍ਰਹਿਸਥੀ ਲਈ ਇਮਾਨਦਾਰ ਰਹਿਣਾ, ਗ੍ਰਹਿਸਥੀ ਲਈ ਅੰਦਰੋਂ ਪ੍ਰਭੂ ਨਾਲ ਜੁੜਨਾ ਬੜਾ ਔਖਾ ਹੈ। ਅਤੇ ਗੁਰੂ ਅਰਜਨ ਦੇ ਪਾਤਸ਼ਾਹ ਨੇ ਉਸ ਸਿੱਖ ਨੂੰ ਨਾ ਗੁਜਰਾਤ ਸ਼ਹਿਰ ਦੇ ਰਹਿਣ ਵਾਲੇ ਭਾਈ ਬੰਨੋ ਕੋਲ ਭੇਜਿਆ ਸੀ। ਭਾਈ ਬੰਨੋ ਇੱਕ ਬਹੁਤ ਵੱਡਾ ਕਿਰਤੀ ਹੈ, ਭਾਈ ਬੰਨੋ ਇੱਕ ਬਹੁਤ ਵੱਡਾ ਕਾਰੋਬਾਰੀ ਹੈ। ਕਾਰੋਬਾਰ ਇਤਨਾ ਵੱਡਾ ਹੈ ਕਿ ਇਹ ਸਿੱਖ ਜਦੋਂ ਗਿਆ ਨਾ ਤੇ ਧਿਆਨ ਕਰਿਓ, ਇਹਦੇ ਕਾਰੋਬਾਰ ਨੂੰ ਵੇਖ ਕੇ, ਇਹਦੇ ਧੰਦੇ ਨੂੰ ਵੇਖ ਕੇ ਇਹਦੇ ਮਨ ਵਿੱਚ ਇੱਕ ਸ਼ੰਕਾ ਖੜਾ ਹੋਇਆ ਕਿ ਭਾਈ ਬੰਨੋ ਦਾ ਐਡਾ ਵੱਡਾ ਕਾਰੋਬਾਰ ਹੈ, ਇੰਨੇ ਨੌਕਰ ਚਾਕਰ ਨੇ, ਇੰਨਾ ਕਾਰਜ ਹੈ, ਮਾਇਆ ਦਾ ਲੈਣਾ ਦੇਣਾ ਬਹੁਤ ਹੈ, ਅਤੇ ਇਹ ਭਾਈ ਬੰਨੋ ਕਿੱਥੇ ਨਾਮ ਜਪਦਾ ਹੋਏਗਾ। ਕਹਿੰਦੇ ਗੁਰੂ ਦਾ ਸਿੱਖ ਜਦੋਂ ਸ਼ੰਕੇ 'ਚ ਪਿਆ ਨਾ ਤੇ ਭਾਈ ਬੰਨੋ ਨੇ ਉਹਨੂੰ ਸਤਿਕਾਰ ਦਿੱਤਾ ਵੀ ਗੁਰੂ ਕੋਲੋਂ ਆਇਆ, ਇਹਦੇ ਸ਼ੰਕੇ ਦੇ ਵਿੱਚੋਂ ਇਹਨੇ ਭਾਈ ਬੰਨੋ ਨੂੰ ਕਿਹਾ, ਬੰਨੋ ਮੈਂ ਤੇਰੇ ਘਰੇ ਜਾਣਾ ਪਰ ਮੈਂ ਇਸ਼ਨਾਨ ਕਰਨਾ, ਤੇਰਾ ਘੀ ਦਾ ਕਾਰੋਬਾਰ ਹੈ, ਬਹੁਤ ਵੱਡਾ ਕਾਰੋਬਾਰ ਹੈ, ਮੈਨੂੰ ਤੇਰੇ ਘਰ ਵਿੱਚ ਪਾਣੀ ਘੱਟ ਅਤੇ ਘੀ ਜ਼ਿਆਦਾ ਲੱਗਦਾ, ਇਸ ਲਈ ਇਸ਼ਨਾਨ ਵੀ ਮੈਂ ਘੀ ਦੇ ਹੀ ਕਰਾਂਗਾ। ਦੇਖੋ ਸ਼ੰਕੇ ਵਿੱਚੋਂ ਨਾ ਇਹ ਸਵਾਲ ਪੈਦੇ ਹੋਏ ਸਨ ਵੀ ਕਿਵੇਂ ਇਹ ਜੁੜਿਆ ਹੋਇਆ, ਐਡਾ ਧੰਦਾ ਕਰਨ ਵਾਲਾ ਕਿਵੇਂ ਜੁੜਿਆ ਪਰਮਾਤਮਾ ਨਾਲ,
ਕਿਉਂਕਿ ਆਮ ਕਰਕੇ ਜਿਹੜਾ ਮਾਇਆ ਵਿੱਚ ਖਚਤ ਹੋਵੇ ਤੇ ਪਿਆਰਿਓ ਉਹ ਨਾਮ ਤੋਂ ਟੁੱਟਿਆ ਹੁੰਦਾ। ਪਰ ਗੁਰੂ ਦਾ ਸਿੱਖ ਗੁਰੂ ਨੇ ਇਹੋ ਜਿਹਾ ਬਣਾਇਆ ਕਿ ਧੰਦਾ ਵੀ ਕਰਨਾ ਹੈ ਪਰ ਧਰਮ ਨੂੰ ਵੀ ਕਮਾਉਣਾ ਹੈ, ਆਪਣੇ ਜੀਵਨ ਨੂੰ ਅੰਦਰੋਂ ਵੀ ਕਰਤੇ ਨਾਲ ਜੋੜਨਾ ਤੇ ਕਿਰਤ ਨਾਲ ਵੀ ਜੋੜਨਾ। ਭਾਈ ਬੰਨੋ ਨੂੰ ਸਵਾਲ ਹੋ ਗਿਆ, ਭਾਈ ਬੰਨੋ ਇਹ ਦੱਸ ਵੀ ਤੂੰ ਧੰਦਾ ਵੀ ਐਡਾ ਵੱਡਾ ਕਰਦਾ, ਕਾਰੋਬਾਰ ਵੀ ਤੇਰਾ ਐਡਾ ਵੱਡਾ, ਲੈਣ ਦੇਣ ਵੀ ਤੇਰਾ ਐਡਾ ਵੱਡਾ, ਤੇ ਤੂੰ ਦੱਸ ਵੀ ਤੂੰ ਨਾਮ ਕਦੋਂ ਜਪਦਾ। ਭਾਈ ਬੰਨੋ ਨੇ ਕਿਹਾ, ਸੱਜਣਾ ਦੇਖ ਇਹ ਮੇਰੇ ਗੁਰੂ ਦੀ ਕਿਰਪਾ, ਜਿਹੜਾ ਅੰਦਰੋਂ ਜੁੜ ਜਾਵੇ, ਜਿਹੜਾ ਅੰਦਰੋਂ ਕਿਰਤੀ ਨਾਲ ਜੁੜ ਜਾਵੇ ਉਹ ਧੰਦਾ ਕਰਦਿਆਂ ਵੀ ਅੰਦਰੋਂ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ। ਮੇਰਾ ਗੁਰੂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਕਿ ਪਿਆਰਿਓ ਕਿਵੇਂ ਜਪਣੇ ਉਸ ਕਰਤੇ ਦੇ ਨਾਮ ਨੂੰ, ਕਿਵੇਂ ਉਸ ਕਿਰਤੀ ਦੇ ਕਿਰਤੀ ਨਾਲ ਜੁੜਨਾ। ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦਾ ਦ੍ਰਿਸ਼ਟਾਂਤ ਦੇ ਕੇ ਕਬੀਰ ਸਾਹਿਬ ਨੇ ਇਹ ਗੱਲ ਸਪਸ਼ਟ ਕੀਤੀ ਹੈ। ਅਸੀਂ ਕਿਹਦੀ ਪੂਜਾ ਕਰਨੀ ਹੈ? ਉਸ ਕਰਤੇ ਨੂੰ ਜੁੜ ਕਰਤੇ ਦੀ ਪੂਜਾ ਕਰਨੀ ਹੈ। ਕਲਗੀਧਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿ ਕੇ ਗਏ ਸੀ ਪੂਜਾ ਅਕਾਲ ਕੀ, ਅਸੀਂ ਉਸ ਅਕਾਲ ਦੀ ਪੂਜਾ ਨਾਲ ਜੁੜਨਾ। ਕੋਈ ਦੁਨਿਆਵੀ ਮਾਇਆ ਲਕਸ਼ਮੀ ਦੀ ਪੂਜਾ ਨਾਲ ਨਹੀਂ ਸਿੱਖ ਜੁੜਦਾ। ਧਿਆਨ ਕਰਿਓ ਕਿਵੇਂ ਜੁੜਨਾ, ਇਹ ਗੁਰੂ ਦੀ ਬਾਣੀ ਸਮਝਾਉਂਦੀ ਹੈ। ਕਹਿੰਦੇ ਪਿਆਰਿਓ ਜੇ ਜੁੜਨਾ ਤਾਂ ਭਗਤ ਨਾਮਦੇਵ ਜੀ ਨੂੰ ਪੁੱਛੋ। ਤ੍ਰਿਲੋਚਨ ਜੀ ਨੇ ਸਵਾਲ ਕੀਤਾ ਸੀ ਕਿ ਭਗਤ ਨਾਮਦੇਵ ਤੂੰ ਸਾਰਾ ਦਿਨ ਕੱਪੜੇ ਬਣਾਉਣ ਦਾ ਕੰਮ ਕਰਦਾ, ਸੂਈ ਧਾਗਾ ਲੈ ਕੇ ਕੱਪੜੇ ਸੀਂਦਾ ਰਹਿੰਦਾ, ਪਰ ਮੈਨੂੰ ਨਹੀਂ ਲੱਗਦਾ ਵੀ ਤੂੰ ਅੰਦਰੋਂ ਨਾਮ ਨਾਲ ਵੀ ਜੁੜਿਆ ਹੋਏਗਾ। ਦੇਖੋ ਇਹ ਸਵਾਲ ਆਮ ਸੀ ਅਤੇ ਅੱਗੋਂ ਨਾਮਦੇਵ ਜੀ ਨੇ ਜਿਹੜਾ ਜਵਾਬ ਦਿੱਤਾ ਉਹ ਸਾਡੇ ਸਾਰਿਆਂ ਲਈ ਸਿਧਾਂਤ ਸੀ। ਨਾਮਾ ਕਹੇ ਤ੍ਰਿਲੋਚਨਾ ਮੁੱਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਦੇਖੋ ਗੁਰੂ ਘਰ ਵਿੱਚ ਕਿਰਤ ਨੂੰ ਪ੍ਰਧਾਨਤਾ ਪਰ ਨਾਲ ਕੀਰਤੀ ਨਾਲ ਵੀ ਜੋੜਿਆ ਕਿ ਨਾਮਦੇਵ ਕਹਿੰਦੇ ਤ੍ਰਿਲੋਚਨ ਹੱਥਾਂ ਪੈਰਾਂ ਨਾਲ ਕੰਮ ਕਰ, ਰੱਬ ਨੇ ਕੀਰਤ ਲਈ ਕਾਰਜ ਦਿੱਤਾ ਕਰ, ਪਰ ਨਾਲ ਨਾਲ ਚਿੱਤ ਨੂੰ ਪਰਮਾਤਮਾ ਦੇ ਚੇਤੇ ਨਾਲ ਵੀ ਜੋੜ। ਜਦੋਂ ਗੁਰੂ ਨਾਨਕ ਦਾ ਇਤਿਹਾਸ ਪੜ੍ਹਦੇ ਹਾਂ, ਗੁਰੂ ਨਾਨਕ ਜੀ ਨੇ 18 ਸਾਲ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਹਲ ਵਾਹਿਆ। ਦੇਖੋ ਹਲ ਵਾਹੁਣ ਵਾਲਾ ਗੁਰੂ ਨਾਨਕ ਪਾਤਸ਼ਾਹ ਫਿਰ ਰੱਬ ਦੀ ਕੀਰਤੀ ਨਾਲ ਵੀ ਜੁੜੇ ਹੈ। ਗੁਰੂ ਨਾਨਕ ਪਾਤਸ਼ਾਹ ਨੇ ਲਗਭਗ 4 ਸਾਲ ਦੁਕਾਨਦਾਰੀ ਕੀਤੀ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ, ਪਰ ਤੱਕੜੀ ਨਾਲ ਤੋਲਦਿਆਂ ਉਹਨਾਂ ਨੇ ਅੰਦਰ ਵੀ ਉਸ ਵਾਹਿਗੁਰੂ ਜੀ ਦੇ ਨਾਮ ਨਾਲ ਜੋੜੀ ਰੱਖਿਆ। ਔਰ ਸਾਨੂੰ ਇੱਕ ਗੱਲ ਸਮਝਾਈ ਸੀ ਕਿ ਪਿਆਰਿਆ ਜੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਦੇ ਹਾਂ ਤੂੰ ਰੱਬ ਦੀ ਕੀਰਤੀ ਨਾਲ ਜੁੜਿਆ, ਉਹਦੀ ਪੂਜਾ ਨਾਲ ਜੁੜਿਆ, ਅਤੇ ਉਹ ਪਰਮਾਤਮਾ ਆਪ ਹੀ ਕਿਰਪਾ ਕਰੇਗਾ, ਤੇਰੀ ਜ਼ਿੰਦਗੀ ਨੂੰ ਉਭਾਰ ਕੇ ਤੇਰੀ ਜ਼ਿੰਦਗੀ ਨੂੰ ਸਭ ਕੁਝ ਦੇ ਦੇਵੇਗਾ। ਅਤੇ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਬਾਣੀ ਸਾਨੂੰ ਬਹੁਤ ਕੁਝ ਸਮਝਾਉਂਦੀ ਹੈ ਕਿ ਸੱਜਣਾ ਇਕੱਲੀ ਮਾਇਆ ਦੀ ਪੂਜਾ ਕਰਨ ਵਾਲਾ ਮਨੁੱਖ, ਮਾਇਆ ਤਾਂ ਇਹੋ ਜਿਹੀ ਮਾਇਆ ਮਮਤਾ ਮੋਹਣੀ, ਇਹ ਮਾਇਆ ਦੀ ਜਿਹੜੀ ਮਮਤਾ ਹੈ ਨਾ ਇਹ ਮੋਹ ਲੈਣ ਵਾਲੀ ਹੈ। ਜਿਨ ਬਿਨ ਦੰਤਾ ਜਗ ਖਾਇਆ, ਜਿਹੜੀ ਬਿਨਾਂ ਦੰਦਾਂ ਤੋਂ ਹੀ ਜਗਤ ਨੂੰ ਖਾ ਰਹੀ ਹੈ, ਪਰ ਇਹ ਕਿਹਨੂੰ ਖਾਂਦੀ ਹੈ? ਮਨਮੁਖ ਖਾਧੇ ਜਿਹੜਾ ਮਨ ਪਿੱਛੇ ਤੁਰ ਪਏ।
ਜਿਹੜਾ ਮਨ ਪਿੱਛੇ ਆਪਣੇ ਲੱਗ ਗਿਆ ਹੈ, ਜਿਹੜਾ ਕਹਿੰਦਾ ਸਭ ਕੁਝ ਮਾਇਆ ਹੈ। ਨਹੀਂ ਨਹੀਂ, ਗੁਰੂ ਕਹਿੰਦਾ ਵੀ ਸੱਜਣਾ ਇਕੱਲੀ ਮਾਇਆ ਹੀ ਸਭ ਕੁਝ ਨਹੀਂ। ਮੇਰੇ ਸਤਿਗੁਰੂ ਕਹਿੰਦੇ ਨੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿੱਤ ਲਾਇਆ, ਜਿਨ੍ਹਾਂ ਨੇ ਸੱਚੇ ਨਾਮ ਨਾਲ ਚਿੱਤ ਲਾ ਲਿਆ, ਉਹ ਅੰਦਰ ਦਾ ਗਿਆਨ ਹਾਸਲ ਕਰਕੇ, ਅੰਦਰ ਦਾ ਦੀਪਕ ਜਗਾ ਕੇ ਆਪਣੇ ਜੀਵਨ ਦੇ ਅੰਦਰ ਗੁਰੂ ਦਾ ਗਿਆਨ ਹਾਸਲ ਕਰ ਲੈਂਦੇ ਨੇ। ਸਾਧ ਸੰਗਤ ਜੀ, ਵੇਖੋ ਅੱਜ ਆਪਾਂ ਸਾਰਿਆਂ ਨੇ ਆਪਣੇ ਆਪਣੇ ਘਰਾਂ ਵਿੱਚ ਦੀਪਮਾਲਾ, ਆਪਣੇ ਆਪਣੇ ਘਰਾਂ ਵਿੱਚ ਰੋਸ਼ਨੀਆਂ ਕੀਤੀਆਂ ਨੇ, ਪਰ ਸਭ ਤੋਂ ਵੱਡੀ ਗੱਲ ਤਾਂ ਉਦੋਂ ਬਣੇਗੀ ਜਦੋਂ ਸਾਡੇ ਹਿਰਦੇ ਰੂਪੀ ਘਰ ਵਿੱਚ ਆਪਾਂ ਰੋਸ਼ਨੀ ਕਰ ਲਵਾਂਗੇ। ਕਿਉਂਕਿ ਸਾਧ ਸੰਗਤ ਆਮ ਕਰਕੇ ਇੱਕ ਸ਼ਬਦ ਮੇਰੇ ਰਾਗੀ ਵੀਰ ਸਾਰੇ ਹੀ ਪੜ੍ਹਦੇ ਨੇ, ਪਰ ਉਹ ਸ਼ਬਦ ਸਾਧ ਸੰਗਤ ਜੀ ਸਾਨੂੰ ਬਹੁਤ ਵੱਡਾ ਉਪਦੇਸ਼ ਦਿੰਦਾ। ਸ਼ਬਦ ਦੇ ਬੋਲ ਆਪਾਂ ਸਾਰੇ ਇਹਨੂੰ ਅਸਥਾਈ ਬਣਾ ਕੇ ਨਾਲ ਅਸੀਂ ਵੀ ਪੜ੍ਹਦੇ ਹਾਂ, ਰਾਗੀ ਵੀ ਪੜ੍ਹਦੇ ਹਾਂ ਕਿ ਦੀਵਾਲੀ ਦੀ ਰਾਤ ਦੀਵੇ ਬਾਲੀ ਹਨ। ਪਰ ਪਿਆਰਿਓ, ਭਾਈ ਗੁਰਦਾਸ ਜੀ ਦੀ 19ਵੀਂ ਵਾਰ ਦੀ ਇਹ 6ਵੀਂ ਪੌੜੀ ਹੈ, ਅਤੇ ਪੌੜੀ ਜਿੱਥੇ ਵੀ ਆਏਗੀ, ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਅਤੇ ਭਾਵੇਂ ਭਾਈ ਗੁਰਦਾਸ ਦੀਆਂ ਪੌੜੀਆਂ, ਪੌੜੀ ਦੀ ਜਿਹੜੀ ਆਖਰੀ ਪੰਕਤੀ ਹੁੰਦੀ ਹੈ ਨਾ, ਉਹ ਸਮੁੱਚੀ ਪੌੜੀ ਦਾ ਭਾਵ ਹੋਇਆ ਕਰਦੀ ਹੈ। ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਪੌੜੀਆਂ ਆਉਂਦੀਆਂ ਨੇ, ਅਤੇ ਭਾਈ ਗੁਰਦਾਸ ਜੀ ਨੇ ਵੀ ਜਿਹੜੀਆਂ 12 ਲਿਖੀਆਂ ਉਹ 12 ਵਿੱਚ ਪੌੜੀਆਂ ਨੇ, ਅਤੇ ਪੌੜੀਆਂ ਜਿਹੜੀਆਂ ਹੁੰਦੀਆਂ, ਪੌੜੀਆਂ ਦਾ ਆਖਰੀ ਪੰਕਤੀ ਭਾਵ ਹੁੰਦੀ ਹੈ, ਜਿਹੜੀ ਪਹਿਲੀ ਪੰਕਤੀ ਉਹ ਇੱਕ ਉਦਾਹਰਣ ਹੋਇਆ ਕਰਦੀ। ਭਾਈ ਗੁਰਦਾਸ ਜੀ ਉਦਾਹਰਣ ਦਿੰਦੇ ਨੇ, ਕਹਿੰਦੇ ਦੀਵਾਲੀ ਦੀ ਰਾਤ ਆਉਂਦੀ ਹੈ, ਆਪਾਂ ਸਾਰੇ ਦੀਵੇ ਬਾਲਦੇ ਹਨ, ਪਰ ਪਿਆਰਿਓ ਦੀਵਾ ਤਾਂ ਬਾਲੇ ਹੈ, ਪਰ ਦੀਵੇ ਕੋਲੋਂ ਗਿਆਨ ਨਹੀਂ ਲਿਆ। ਦੇਖੋ, ਦੀਵਾ ਆਪਾਂ ਸਾਰੇ ਬਾਲਦੇ ਹਾਂ, ਰੋਸ਼ਨੀ ਆਪਾਂ ਸਾਰੇ ਕਰਦੇ ਹਾਂ, ਪਿਆਰਿਓ ਆਹ ਜਿਹੜਾ ਦੀਵਾ ਆਪਾਂ ਦੁਨਿਆਵੀ ਤੌਰ 'ਤੇ ਅੱਜ ਦੇ ਦਿਨ ਬਾਲਦੇ ਹਾਂ ਜਾਂ ਫਿਰ ਦਿਨ ਬਾਲਦੇ ਹਾਂ, ਜੇ ਕਿਤੇ ਬਾਲੇ ਦੀਵੇ ਨੂੰ ਹਵਾ ਦਾ ਬੁੱਲਾ ਆ ਜਾਏ ਜਾਂ ਉਹਦੇ ਅੰਦਰੋਂ ਬੱਤੀ 'ਚੋਂ ਤੇਲ ਖਤਮ ਹੋ ਜਾਏ, ਉਹ ਬਲਦਾ ਹੋਇਆ ਦੀਵਾ ਬੁੱਝ ਜਾਇਆ ਕਰਦਾ। ਅਤੇ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਸੱਜਣਾ, ਇਕੱਲੇ ਬਾਹਰ ਦੇ ਦੀਵਿਆਂ ਦੀ ਜੋਤ ਨਹੀਂ ਜਗਾਉਣੀ, ਆਪਣੇ ਅੰਦਰ ਵੀ ਜੋਤ ਉਸ ਕਰਤੇ ਦੇ ਨਾਮ ਦੀ ਜਗਾਉਣੀ, ਅੰਦਰ ਵੀ ਉਹ ਗਿਆਨ ਦਾ ਦੀਵਾ ਜਗਾਉਣਾ। ਕਿਤੇ ਇਹ ਨਾ ਹੋਵੇ ਕਿ ਬਾਹਰ ਦੇ ਦੀਵਿਆਂ 'ਤੇ ਤੂੰ ਜ਼ੋਰ ਦੇ ਦੇਵੇਂ, ਪਰ ਤੇਰੇ ਅੰਦਰ ਦੇ ਘਰ ਦਾ ਦੀਵਾ ਜਿਹੜਾ ਸੀ ਉਹ ਖਤਮ ਹੋ ਜਾਵੇ, ਬਲੇ ਹੀ ਨਾ। ਦੇਖੋ, ਗੁਰੂ ਨੇ ਨਾ ਸਿਧਾਂਤ ਦਿੱਤਾ, ਅਸੀਂ ਰੋਜ਼ ਪੜ੍ਹਦੇ ਹਾਂ, ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਜੋਤ ਸਾਡੇ ਸਾਰਿਆਂ ਵਿੱਚ ਹੈ, ਪਰ ਸਾਧ ਸੰਗਤ ਜੀ ਜੋਤ ਸਾਨੂੰ ਦਿਖਾਈ ਕਿਉਂ ਨਹੀਂ ਦਿੰਦੀ? ਕਦੇ ਗੁਰੂ ਨੂੰ ਪੁੱਛੋ, ਸਤਿਗੁਰੂ ਤੁਸੀਂ ਆਹ ਪੰਕਤੀ ਤਾਂ ਲਿਖ ਦਿੱਤੀ ਵੀ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ, ਪਰ ਉਹ ਜੋਤ ਪ੍ਰਗਟ ਕਿਵੇਂ ਹੋਏਗੀ? ਅਤੇ ਗੁਰੂ ਨੇ ਜਵਾਬ ਨਾਲ ਹੀ ਦੇ ਦਿੱਤਾ, ਕਿਹਾ ਗੁਰ ਸਾਖੀ ਜੋਤ ਪ੍ਰਗਟ ਹੋਏ। ਸਾਖੀ ਦਾ ਅਰਥ ਹੁੰਦਾ ਸਿੱਖਿਆ। ਕਹਿੰਦੇ ਜਦੋਂ ਤੂੰ ਗੁਰੂ ਦੀ ਸਿੱਖਿਆ 'ਤੇ ਚੱਲੇਗਾ, ਗੁਰੂ ਦੀ ਸਿੱਖਿਆ ਦੇ ਅਨੁਸਾਰ ਆਪਣਾ ਜੀਵਨ ਬਣਾਏਗਾ, ਅਤੇ ਉਹ ਜਿਹੜੀ ਜੋਤ ਅੰਦਰ ਛੁਪੀ ਉਹ ਪ੍ਰਗਟ ਹੋ ਜਾਏਗੀ। ਪ੍ਰਗਟਿਓ ਜੋਤ ਸਹਿਜ ਸੁੱਖ ਸੋਭਾ, ਬਾਜੇ ਅਨਹਦ ਬਾਣੀ। ਉਹ ਜੋਤ ਤੇਰੇ ਅੰਦਰ ਹੈ, ਪਰ ਪਿਆਰਿਆ ਉਹ ਜੋਤ ਪ੍ਰਗਟ ਹੋਏਗੀ
ਜਦੋਂ ਤੂੰ ਗੁਰੂ ਦੀ ਬਾਣੀ ਨਾਲ, ਗੁਰੂ ਦੇ ਗਿਆਨ ਦੇ ਨਾਲ ਆਪਣੇ ਜੀਵਨ ਨੂੰ ਜੋੜੇਗਾ। ਸਾਧ ਸੰਗਤ ਜੀ ਪੁਰਾਣੇ ਸਮੇਂ ਅੰਦਰ ਲੈਂਪ ਹੋਇਆ ਕਰਦੇ ਸਨ। ਲੈਂਪ ਦੇ ਉੱਤੇ ਲੱਗੀ ਹੋਈ ਚਿਮਨੀ ਜਿਹੜੀ ਹੈ, ਜੇ ਉਹ ਲੈਂਪ ਦੇ ਵਿੱਚ ਜੋਤ ਬਲਦੀ ਸੀ ਤੇ ਉਹਦੀ ਕਾਲਖ ਦੇ ਨਾਲ ਚਿਮਨੀ ਦੇ ਆਲੇ ਦੁਆਲੇ ਧੂੰਆਂ ਲੱਗ ਜਾਂਦਾ ਸੀ, ਤੇ ਕੁਝ ਸਮੇਂ ਬਾਅਦ ਜੇ ਸਾਫ਼ ਨਾ ਕਰੋ ਤੇ ਬਾਹਰ ਬਹੁਤੀ ਰੋਸ਼ਨੀ ਨਹੀਂ ਸੀ ਆਉਂਦੀ, ਸਾਫ਼ ਕਰਨਾ ਪੈਂਦਾ ਸੀ। ਪਿਆਰਿਓ, ਗੁਰੂ ਦਾ ਸ਼ਬਦ ਇਹੋ ਜਿਹਾ, ਅੰਦਰ ਜੋਤ ਸਾਡੇ ਹੈ ਪਰ ਮਨ ਦੇ ਅੰਦਰ ਵਿਕਾਰਾਂ ਦੀ ਲੱਗੀ ਮੈਲ ਨੇ, ਮਨ ਅੰਦਰ ਲੱਗੀ ਹੋਈ ਮਾਇਆ ਦੀ ਕਾਲਖ ਨੇ ਉਸ ਜੋਤ ਨੂੰ ਪ੍ਰਗਟ ਨਹੀਂ ਹੋਣ ਦਿੱਤਾ। ਤੇ ਹੋਇਆ ਕਿ ਆਪਾਂ ਉਸ ਕਰਤੇ ਨਾਲੋਂ ਟੁੱਟ ਗਏ ਜਿਹੜੇ ਕਰਤੇ ਨੇ ਸਾਨੂੰ ਸਭ ਕੁਝ ਸੰਸਾਰ ਵਿੱਚ ਦੇਣਾ ਕੀਤਾ। ਜਦੋਂ ਕੋਈ ਆਪਣੇ ਅਸਲੇ ਤੋਂ ਟੁੱਟ ਜਾਂਦਾ ਹੈ ਨਾ, ਤੇ ਪਿਆਰਿਓ ਦੁੱਖ ਪਾਉਂਦਾ ਹੈ। ਗੁਰੂ ਅਰਜਨ ਦੇ ਪਾਤਸ਼ਾਹ ਦਾ ਇੱਕ ਬੜਾ ਪਿਆਰਾ ਬਚਨ ਹੈ, ਕਹਿੰਦੇ ਆਮ ਕਰਕੇ ਦੇਖੋ, ਉਦਾਹਰਨਾਂ ਉਹਨਾਂ ਨੇ ਪਿੰਡਾਂ ਦੀਆਂ ਦਿੱਤੀਆਂ। ਮੈਂ ਵਿਦੇਸ਼ ਵਿੱਚ ਬੈਠਾਂ ਪਰ ਆਪ ਬਜ਼ੁਰਗ ਜਿਹੜੇ ਬੈਠੇ ਹੋ, ਜਿਹੜੇ ਨੌਜਵਾਨ ਵੀ ਬੈਠੇ ਸ਼ਾਇਦ ਇਹ ਗੱਲ ਜਾਣਦੇ ਹੋਣ ਕਿ ਪਿੰਡਾਂ ਦੇ ਵਿੱਚ ਇੱਕ ਬੂਟਾ ਹੁੰਦਾ ਸੀ ਅੱਕ ਦਾ। ਉਹ ਅੱਕ ਦੇ ਬੂਟੇ ਨੂੰ ਨਾ ਛੋਟੇ ਛੋਟੇ ਫਲ ਲੱਗਦੇ ਨੇ, ਜਿਨ੍ਹਾਂ ਨੂੰ ਖੱਖੜੀਆਂ ਕਹਿੰਦੇ ਨੇ। ਧਿਆਨ ਕਰਿਓ, ਉਹ ਜਦੋਂ ਬੂਟੇ ਨਾਲ ਲੱਗੀਆਂ ਨੇ ਉਦੋਂ ਉਹ ਬੜੀਆਂ ਸੋਹਣੀਆਂ ਲੱਗਦੀਆਂ ਨੇ, ਪਰ ਜਦੋਂ ਉਹ ਬੂਟੇ ਤੋਂ ਟੁੱਟ ਜਾਣ ਨਾ ਤੇ ਉਹਨਾਂ ਦੇ ਅੰਦਰ ਰਹਿੰਦਾ ਕੱਖ ਨਹੀਂ, ਉਹ ਖਾਲੀ ਹੋ ਜਾਂਦੀਆਂ, ਰੂਹਾਂ ਰੂਹਾਂ ਹੋ ਕੇ ਸਭ ਕੁਝ ਉੱਡ ਜਾਂਦਾ। ਗੁਰੂ ਅਰਜਨ ਦੇ ਪਾਤਸ਼ਾਹ ਨੇ ਉਦਾਹਰਨ ਦਿੱਤੀ, ਕਹਿੰਦੇ ਪਿਆਰਿਓ ਕਿਤੇ ਇਹ ਨਾ ਹੋਵੇ ਜਿਸ ਕਰਤੇ ਨੇ ਪੈਦਾ ਕੀਤਾ ਉਸ ਕਰਤੇ ਨਾਲ ਜੁੜੇ ਰਹੋਗੇ ਤੇ ਸੋਹਣੇ ਰਹੋਗੇ, ਜੇ ਕਰਤੇ ਨਾਲ ਉਹ ਟੁੱਟ ਗਏ ਤਾਂ ਖੱਖੜੀ ਦੀ ਤਰ੍ਹਾਂ ਅੰਦਰੋਂ ਖਾਲੀ ਹੋ ਜਾਓ। ਗੁਰੂ ਅਰਜਨ ਦੇਵ ਜੀ ਦਾ ਬਚਨ ਹੈ, ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ, ਕੰਠ ਕਹਿੰਦੇ ਆ ਨਾਲ ਨੂੰ, ਕਹਿੰਦੇ ਉਹ ਖੱਖੜੀਆਂ ਸੋਹਣੀਆਂ ਨੇ ਜਿਹੜੀਆਂ ਅੱਕ ਨਾਲ ਲੱਗੀਆਂ ਨੇ, ਪਰ ਬਿਰਹੋਂ ਵਿਛੋੜਾ ਧਨੀ ਸਿਓ ਨਾਨਕ ਸਹਿਸੈ ਗੰਠ, ਜੇ ਕਿਤੇ ਅੱਕ ਨਾਲ ਉਹ ਟੁੱਟ ਗਈਆਂ ਵਿਛੜ ਗਈਆਂ ਤੇ ਉਹ ਖਾਲੀ ਹੋ ਜਾਂਦੀਆਂ, ਉਵੇਂ ਜਿਹੜਾ ਮਨੁੱਖ ਕਰਤੇ ਦੀ ਪੂਜਾ ਨਾਲੋਂ ਟੁੱਟ ਜਾਂਦਾ, ਜਿਹੜਾ ਮਨੁੱਖ ਉਸ ਆਪਣੇ ਧੁਰੇ ਨਾਲੋਂ ਟੁੱਟ ਜਾਂਦਾ, ਪਿਆਰਿਓ ਉਹ ਵੀ ਵਿਛੋੜੇ ਵਿੱਚ ਦੁਖੀ ਪਾਉਂਦਾ, ਉਹ ਕਦੇ ਸੁੱਖ ਨਹੀਂ ਪਾ ਸਕਦਾ। ਇੱਕ ਉਦਾਹਰਨ ਮੈਂ ਹੋਰ ਦਿਆਂ, ਬੜੀ ਸੌਖੀ ਉਦਾਹਰਨ ਉਹਨਾਂ ਗੁਰੂ ਦੀ ਬਾਣੀ ਵਿੱਚ ਦਿੱਤੀ। ਕਬੀਰ ਸਾਹਿਬ ਕਹਿੰਦੇ, ਪਿਆਰਿਓ ਦੇਖੋ, ਇੱਕ ਮਾਂ ਇੱਕ ਚੱਕੀ 'ਤੇ ਆਟਾ ਪੀਸਣ ਲਈ ਬੈਠ ਗਈ। ਕਹਿੰਦੇ ਆਟਾ ਪੀਸਣ ਬੈਠੀ, ਉਹ ਕਿੱਲੀ ਰਾਹੀਂ ਦਾਣੇ ਪਾਉਂਦੀ ਹੈ ਅਤੇ ਪੱਥਰ ਵਾਲੀ ਚੱਕੀ ਦਾ ਪੁੜ ਚਲਾਉਂਦੀ ਹੈ। ਉਹਨੇ ਦਾਣੇ ਪੀਸ ਕੇ ਆਟਾ ਤਿਆਰ ਕਰ ਲਿਆ। ਕਹਿੰਦੇ ਆਟਾ ਪਾ ਕੇ ਬਰਤਨ ਵਿੱਚ ਆਪਣੇ ਘਰ ਨੂੰ ਵਾਪਸ ਚਲੀ। ਜਿਹੜੀ ਗਲੀ 'ਚੋਂ ਨਿਕਲਣਾ ਉੱਥੇ ਇੱਕ ਥਾਂ 'ਤੇ ਚਿੱਕੜ ਹੈ। ਕਹਿੰਦੇ ਉਹ ਚਿੱਕੜ ਦੇ ਵਿੱਚ ਪੈਰ ਤਿਲਕਿਆ ਅਤੇ ਮਾਂ ਆਟੇ ਸਮੇਤ ਡਿੱਗ ਪਈ। ਹੁਣ ਪਿਆਰਿਓ, ਆਟਾ ਚਿੱਕੜ 'ਚ ਡਿੱਗ ਪਵੇ ਉਹ ਕਿਸੇ ਕੰਮ ਦਾ ਨਹੀਂ ਰਹਿੰਦਾ, ਉਹ ਕਿਸੇ ਕੰਮ ਦਾ ਨਹੀਂ ਰਹਿੰਦਾ। ਕਹਿੰਦੇ ਮਾਂ ਆਪਣੇ ਮੱਥੇ 'ਤੇ ਹੱਥ ਮਾਰਦੀ ਹੈ ਅਤੇ ਇੱਕ ਗੱਲ ਚੇਤੇ ਕਰਦੀ ਹੈ ਕਿ ਚੰਗੇ ਰਹੇ ਜਦੋਂ ਚੱਕੀ ਚਲਾਉਣ ਲੱਗੀ ਸੀ ਚਾਰ ਦਾਣੇ ਮੂੰਹ 'ਚ ਪਾਏ ਸੀ
ਅਸਲ ਵਿੱਚ ਜਿਹੜੇ ਚਾਰ ਉਹ ਮੂੰਹ 'ਚ ਪਾ ਲਏ ਕੰਮ ਉਹੀ ਆਏ, ਬਾਕੀ ਤਾਂ ਸਾਰੀ ਮਿਹਨਤ ਇਸ ਚਿੱਕੜ ਵਿੱਚ ਡਿੱਗੀ, ਕੰਮ ਕੁਝ ਨਹੀਂ ਆਏ। ਕਬੀਰ ਸਾਹਿਬ ਨੇ ਉਦਾਹਰਨ ਦੇ ਕੇ ਗੱਲ ਸਾਡੇ ਅੰਦਰ ਨੂੰ ਸਮਝਾਈ। ਇੱਥੇ ਪਿਆਰਿਓ ਜੀਵਨ ਪੁੜ ਹੈ, ਦਾਣੇ ਸਵਾਸ ਨੇ, ਅਤੇ ਜਿਹੜੇ ਸਵਾਸਾਂ ਰੂਪੀ ਦਾਣੇ ਨਾਮ ਤੋਂ ਬਿਨਾਂ ਨਿਕਲ ਗਏ ਉਹ ਐਵੇਂ ਜਿਵੇਂ ਚਿੱਕੜ 'ਚ ਆਟਾ ਡਿੱਗਿਆ, ਪਰ ਜਿਹੜੇ ਦਾਣਿਆਂ ਰਾਹੀਂ ਸਵਾਸਾਂ ਰਾਹੀਂ ਕਰਤੇ ਦੀ ਪੂਜਾ ਨਾਲ ਆਪਾਂ ਜੁੜ ਗਏ ਉਹ ਸਾਡਾ ਇੱਕ ਇੱਕ ਸਵਾਸ ਰੂਪੀ ਦਾਣਾ ਕਾਰਜ ਕਰੇਗਾ, ਉਹ ਸਾਡੇ ਲੇਖੇ ਵਿੱਚ ਲਿਖਿਆ ਜਾਏਗਾ। ਅਤੇ ਭਾਈ ਗੁਰਦਾਸ ਜੀ ਨੇ ਜਿਹੜੀ 19ਵੀਂ ਵਾਰ ਦੇ ਅੰਦਰ ਇਹ 6ਵੀਂ ਪੌੜੀ ਉਚਾਰੀ ਨਾ, ਇਹਦੇ 'ਚ ਉਦਾਹਰਨਾਂ ਇਹੀ ਦਿੱਤੀਆਂ। ਕਹਿੰਦੇ ਦੀਵਾਲੀ ਦੀ ਰਾਤ ਆਉਂਦੀ ਹੈ, ਦੀਵਾਲੀ ਦੀ ਰਾਤ ਨੂੰ ਦੀਵੇ ਬਾਲੇ ਜਾਂਦੇ ਨੇ, ਬੜੇ ਸੋਹਣੇ ਲੱਗਦੇ ਨੇ, ਬੜਾ ਆਲੇ ਦੁਆਲੇ ਪ੍ਰਕਾਸ਼ ਹੁੰਦਾ। ਕਹਿੰਦੇ ਤਾਰੇ ਜਾਤ ਸਨਾਤ ਅੰਬਰ ਭਾਲੀਆਂ। ਕਹਿੰਦੇ ਰਾਤ ਹੁੰਦੀ ਹੈ, ਰਾਤ ਨੂੰ ਤਾਰੇ ਚਮਕਦੇ ਨੇ, ਰਾਤ ਨੂੰ ਤਾਰਿਆਂ ਦੀ ਚਮਕ ਜਿਹੜੀ ਹੈ ਉਹ ਆਕਾਸ਼ 'ਤੇ ਬੜੀ ਸੋਹਣੀ ਲੱਗਦੀ ਹੈ। ਪਰ ਵੇਖੋ ਦੀਵਾਲੀ ਦੀ ਰਾਤ ਨੂੰ ਬਾਲੇ ਦੀਵੇ ਸਵੇਰ ਨੂੰ ਬੁੱਝ ਜਾਇਆ ਕਰਦੇ ਨੇ। ਜਿਹੜੇ ਰਾਤ ਨੂੰ ਤਾਰੇ ਚਮਕੇ ਨੇ, ਸੂਰਜ ਚੜ੍ਹਿਆ ਸਵੇਰ ਹੋਈ ਅਤੇ ਉਹ ਖਤਮ ਹੋ ਜਾਇਆ ਕਰਦੇ ਨੇ। ਫੁੱਲਾਂ ਦੀ ਬਗਾਤ ਚੁਣ ਚੁਣ ਚਾਲੀਆਂ। ਕਹਿੰਦੇ ਬਾਗ ਵਿੱਚ ਫੁੱਲ ਖਿੜੇ ਹੋਣ ਅਤੇ ਬੜੇ ਸੋਹਣੇ ਲੱਗਦੇ ਨੇ, ਪਰ ਪਿਆਰਿਓ ਮਾਲੀ ਆਉਂਦਾ, ਉਹ ਲੱਗੇ ਹੋਏ ਫੁੱਲਾਂ ਨੂੰ ਤੋੜ ਕੇ ਲੈ ਜਾਂਦਾ। ਅਤੇ ਯਾਦ ਰੱਖਿਓ, ਖਿੜੇ ਹੋਏ ਫੁੱਲਾਂ ਨੂੰ ਤੋੜ ਕੇ ਲਿਜਾਣ ਤੋਂ ਬਾਅਦ ਉਹ ਬਾਗ ਫੁੱਲਾਂ ਤੋਂ ਬਗੈਰ ਫਿਰ ਸੁੰਨਾ ਹੀ ਲੱਗਦਾ। ਇੱਕ ਉਦਾਹਰਨ ਦਿੱਤੀ, ਕਹਿੰਦੇ ਤੀਰਥ ਜਾਤੀ ਜਾਤ ਨੈਣ ਨਿਹਾਲੀਆਂ। ਜਦੋਂ ਤੀਰਥ 'ਤੇ ਮੇਲਾ ਲੱਗਦਾ ਉਦੋਂ ਤੀਰਥਾਂ 'ਤੇ ਭੀੜ ਹੋਇਆ ਕਰਦੀ ਹੈ, ਪਰ ਜਦੋਂ ਪਿਆਰਿਓ ਤੀਰਥ ਦਾ ਮੇਲਾ ਖਤਮ ਹੋ ਜਾਂਦਾ ਅਤੇ ਪਿੱਛੇ ਕੁਝ ਨਹੀਂ ਰਹਿੰਦਾ, ਚਾਰੇ ਪਾਸੇ ਸ਼ਰਨਾਟਾ ਛਾ ਜਾਂਦਾ, ਉਸੇ ਤਰ੍ਹਾਂ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਆਂ। ਪਿਆਰਿਓ ਵੇਖੋ, ਦੀਵਾਲੀ ਦੀ ਰਾਤ ਨੂੰ ਬੜੇ ਦੀਵੇ ਸਵੇਰੇ ਬੁੱਝ ਜਾਂਦੇ ਨੇ, ਤਾਰੇ ਜਾਤ ਸਨਾਤ ਅੰਬਰ ਭਾਲੀਆਂ, ਰਾਤ ਨੂੰ ਚੰਦਰਮਾ ਸੂਰਜ ਚੜ੍ਹ ਰਾਤ ਨੂੰ ਤਾਰੇ ਚੜ੍ਹਦੇ ਨੇ, ਪਰ ਸਵੇਰ ਹੁੰਦੀ ਤਾਰੇ ਖਤਮ ਹੋ ਜਾਂਦੇ ਨੇ। ਪਿਆਰਿਓ ਉਸੇ ਤਰ੍ਹਾਂ ਫੁੱਲ ਖਿੜਦੇ ਨੇ, ਮਾਲੀ ਫੁੱਲਾਂ ਨੂੰ ਤੋੜ ਕੇ ਖਤਮ ਕਰ ਦਿੰਦੇ। ਅਤੇ ਫਿਰ ਗੁਰਦੇਵ ਦੀ ਬਾਣੀ ਦੀ ਵਿਆਖਿਆ ਕਰਦਿਆਂ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਤੀਰਥਾਂ 'ਤੇ ਮੇਲੇ ਲੱਗਦੇ ਨੇ, ਬੜੀ ਭੀੜ ਹੈ ਤੀਰਥੀਆਂ ਦੀ, ਪਰ ਜਦੋਂ ਤੀਰਥ ਦਾ ਮੇਲਾ ਖਤਮ ਹੁੰਦਾ ਸੁਨਸਾਨ ਹੋ ਜਾਂਦੀ ਹੈ। ਪਰ ਗੁਰਸਿੱਖਾ ਚੇਤੇ ਰੱਖੀ, ਜਿਹੜਾ ਗੁਰਮੁਖ ਗੁਰੂ ਨਾਲ ਜੁੜ ਗਿਆ ਸੁੱਖ ਫਲ ਦਾਤ, ਗੁਰੂ ਸੁੱਖਾਂ ਦੀ ਇੰਨੀ ਕੁ ਦਾਤ ਪਾ ਦਿੰਦੇ ਝੋਲੀ ਅੰਦਰ ਸ਼ਬਦ ਸੰਭਾਲੀਆਂ, ਉਹ ਸ਼ਬਦ ਵਿੱਚੋਂ ਉਹਨੂੰ ਇਹੋ ਜਿਹੀ ਜੋਤ ਮਿਲਦੀ ਹੈ, ਇਹੋ ਜਿਹੀ ਦਾਤ ਮਿਲਦੀ ਹੈ ਕਿ ਪਿਆਰਿਓ ਉਹ ਦਾਤ ਕਦੇ ਖਤਮ ਹੋਣ ਵਾਲੀ ਨਹੀਂ। ਦੀਵਾਲੀ ਦੀ ਰਾਤ ਦੇ ਦੀਵੇ ਦੀ ਰੋਸ਼ਨੀ ਖਤਮ ਹੋ ਸਕਦੀ ਹੈ, ਪਿਆਰਿਓ ਤਾਰੇ ਰਾਤ ਨੂੰ ਚੜ੍ਹੇ ਸਵੇਰੇ ਖਤਮ ਹੋ ਸਕਦੇ ਨੇ, ਪਰ ਜਿਹੜੀ ਗੁਰੂ ਨੇ ਝੋਲੀ 'ਚ ਦਾਤ ਪਾ ਦਿੱਤੀ ਨਾ ਗਿਆਨ ਦੀ, ਉਹ ਸ਼ਬਦ ਵਿੱਚੋਂ ਕਦੇ ਖਤਮ ਹੋਣ ਵਾਲੀ ਨਹੀਂ ਹੈ। ਕਦੇ ਉਸ ਦਾਤ ਬਾਰੇ ਗੁਰੂ ਅਰਜਨ ਦੇ ਪਾਤਸ਼ਾਹ ਨੇ ਕਿਹਾ ਸੀ, ਕਹਿੰਦੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ,
ਤਾਂ ਮੇਰੇ ਮਨ ਭਇਆ ਨਿਧਾਨਾ। ਜਦੋਂ ਮੈਂ ਪਰਮਾਤਮਾ ਤੇ ਆਪਣੇ ਗੁਰੂ ਸਾਹਿਬਾਨ ਵੱਲੋਂ ਦਿੱਤਾ ਗੁਰਬਾਣੀ ਰੂਪੀ ਖਜ਼ਾਨਾ ਖੋਲਿਆ ਤਾਂ ਉਸ ਖਜ਼ਾਨੇ ਕਰਕੇ ਮੈਂ ਵੀ ਅਮੀਰ ਹੋ ਗਿਆ। ਦੇਖੋ ਪਿਆਰਿਓ, ਕਈ ਵਾਰ ਸਾਡੇ ਬਜ਼ੁਰਗ ਸਾਨੂੰ ਖਜ਼ਾਨਾ ਦੇ ਜਾਂਦੇ ਨੇ, ਉਹੀ ਖਜ਼ਾਨੇ 'ਤੇ ਆਪਾਂ ਅਮੀਰ ਹੋ ਜਾਂਦੇ ਨੇ, ਅਤੇ ਸਾਡੇ ਗੁਰੂਆਂ ਨੇ ਸਾਨੂੰ ਬਾਣੀ ਰੂਪ ਖਜ਼ਾਨਾ ਦਿੱਤਾ। ਇਹ ਇਹੋ ਜਿਹਾ ਖਜ਼ਾਨਾ ਹੈ, ਅਤੇ ਧਿਆਨ ਕਰਿਓ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਜਿੰਨਾ ਤੁਸੀਂ ਬਾਣੀ ਨਾਲ ਜੁੜੋਗੇ ਉਨਾ ਪਿਆਰਿਓ ਸਾਡੇ ਅੰਦਰ ਗਿਆਨ ਵਿੱਚ ਵਾਧਾ ਹੋਏਗਾ, ਉਨਾ ਸਾਡਾ ਅੰਦਰ ਦਾ ਦੀਵਾ ਬਲੇਗਾ, ਉਨਾ ਸਾਨੂੰ ਅੰਦਰ ਦਾ ਗਿਆਨ ਮਿਲੇਗਾ। ਔਰ ਉਹ ਗਿਆਨ ਕਿਸੇ ਬਾਹਰੀ ਤੌਰ 'ਤੇ ਨਹੀਂ, ਉਹ ਗਿਆਨ ਗੁਰੂ ਦੇ ਅੰਦਰ ਦੇ ਗਿਆਨ ਦਾ ਦੀਵਾ ਜਗਾਉਣ ਤੋਂ ਮਿਲਦਾ ਹੈ। ਸਾਧ ਸੰਗਤ ਜੀ, ਜਿਨ੍ਹਾਂ ਜਿਨ੍ਹਾਂ ਦੇ ਗੁਰੂ ਨੇ ਦੀਵੇ ਜਗਾਏ ਉਹਨਾਂ ਦਾ ਜੀਵਨ ਦੇਖੋ ਕਿਵੇਂ ਬਦਲਿਆ। ਮੈਂ ਤਾਂ ਇਹ ਗੱਲ ਕਰਾਂਗਾ, ਸੱਜਣ ਠੱਗ ਦਾ ਦੀਵਾ ਨਹੀਂ ਸੀ ਬਲਿਆ ਅੰਦਰ ਦਾ, ਅਤੇ ਜਿੱਦਣ ਗੁਰੂ ਨਾਨਕ ਨੇ ਸ਼ਬਦ ਨਾਲ ਜੋੜ ਕੇ ਦੀਵਾ ਬਾਲ ਦਿੱਤਾ, ਉਹੀ ਸੱਜਣ ਸੀ ਜਿਹੜਾ ਕਦੇ ਲੋਕਾਂ ਨੂੰ ਮਾਰਦਾ ਸੀ, ਅੱਜ ਉਹੀ ਸੱਜਣ ਹੈ ਜਿਹੜਾ ਬਿਲਕੁਲ ਸੱਚ ਮੁੱਚੀ ਸੱਜਣ ਬਣ ਗਏ। ਧਿਆਨ ਕਰਿਓ, ਜਿੱਦਣ ਗੁਰੂ ਨਾਨਕ ਉਹਦੇ ਡੇਰੇ ਗਏ ਸੀ ਨਾ, ਭਾਈ ਮਰਦਾਨੇ ਨੇ ਕਿਹਾ ਸੀ ਸੱਚੇ ਪਾਤਸ਼ਾਹ, ਇਹ ਤਾਂ ਆਏ ਗਏ ਦੀ ਬੜੀ ਸੇਵਾ ਕਰਦਾ, ਇਹ ਤਾਂ ਖਾਣ ਨੂੰ ਵਧੀਆ ਦਿੰਦਾ, ਸੌਣ ਨੂੰ ਵਧੀਆ ਬਿਸਤਰ ਦਿੰਦਾ, ਅਤੇ ਲੋਕ ਐਵੇਂ ਲੱਗਦੇ ਠੱਗ ਕਹਿੰਦੇ ਨੇ, ਪਰ ਜਾਣੀ ਜਾਣ ਪਿਤਾ ਗੁਰੂ ਨਾਨਕ ਜੀ ਨੇ ਦੇਖੋ ਜਗਾਉਣਾ ਸੀ ਨਾ ਉਹਨੂੰ, ਅਤੇ ਗੁਰੂ ਨਾਨਕ ਕਹਿੰਦੇ ਮਰਦਾਨਿਆ ਕੁਝ ਸਮਾਂ ਰੁਕ, ਇਹਦੀ ਅਸਲੀਅਤ ਸਾਹਮਣੇ ਆ ਜਾਣੀ ਹੈ। ਅੱਧੀ ਰਾਤ ਦਾ ਸਮਾਂ ਹੋਇਆ ਪਿਆਰਿਓ, ਅੱਧੀ ਰਾਤ ਦਾ ਸਮਾਂ ਹੋਇਆ, ਗੁਰੂ ਨਾਨਕ ਜਾਗਦਾ, ਭਾਈ ਮਰਦਾਨਾ ਜਾਗਦਾ, ਅਤੇ ਨਾਲ ਦੇ ਕਮਰੇ 'ਚ ਸੱਜਣ ਠੱਗ ਜਾਗਦਾ। ਮੈਂ ਗੱਲ ਅੰਦਰ ਦੇ ਜਾਗਣ ਦੀ ਕਰ ਰਿਹਾ, ਅੰਦਰ ਦਾ ਜਾਗਣਾ ਸੀ, ਅਤੇ ਉਹ ਅੰਦਰ ਦਾ ਜਾਗਣਾ ਸੱਜਣ ਨੂੰ ਗੁਰੂ ਨੇ ਕਰਾਉਣਾ। ਸਾਧ ਸੰਗਤ ਜੀ, ਇਹ ਤਿੰਨ ਜਾਗਦੇ ਨੇ, ਫਿਰ ਚੌਥੀ ਜਾਗੀ ਭਾਈ ਮਰਦਾਨੇ ਦੀ ਰਵਾਬ, ਅਤੇ ਪੰਜਵੀਂ ਜਾਗੀ ਗੁਰੂ ਨਾਨਕ ਦੀ ਰਸਨਾ। ਅਤੇ ਧਿਆਨ ਕਰਿਓ, ਰਸਨਾ ਤੋਂ ਜਿਹੜੇ ਸ਼ਬਦ ਨਿਕਲੇ ਉਹਨਾਂ ਸ਼ਬਦਾਂ ਨੇ ਜਗਾ ਦਿੱਤਾ ਸੀ ਸੱਜਣ ਠੱਗ ਦੇ ਅੰਦਰ ਜਗਾ ਦਿੱਤਾ। ਜਦੋਂ ਗੁਰੂ ਨਾਨਕ ਦੀ ਰਸਨਾ ਨੇ ਬੋਲਿਆ, ਉੱਜਲ ਕੇ ਹਾ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੌ ਤੋਮਾ ਤਿਸ। ਸੱਜਣ ਉੱਜਲ ਕੇ ਹਾ ਚਿਲਕਣਾ, ਕਾਂਛੀ ਦੇ ਭਾਂਡੇ ਦੀ ਤਰ੍ਹਾਂ ਬਾਹਰੋਂ ਤਾਂ ਚਮਕਦਾ, ਪਰ ਕਾਂਛੀ ਦੇ ਭਾਂਡੇ ਨੂੰ 100 ਵਾਰ ਵੀ ਸਾਫ਼ ਕਰ ਲਿਓ ਅੰਦਰ ਦੀ ਕਾਲਖ ਨਹੀਂ ਜਾਂਦੀ। ਕਹਿੰਦੇ ਸੱਜਣ ਤੂੰ ਬਾਹਰੋਂ ਚਮਕਦਾ, ਪਰ ਬਾਹਰੀ ਚਮਕ ਬਹੁਤੀ ਨਹੀਂ ਹੁੰਦੀ ਜਦੋਂ ਤੱਕ ਅੰਦਰ ਦਾ ਪ੍ਰਕਾਸ਼ ਨਾ ਹੋਵੇ। ਪਿਆਰਿਓ, ਆਹੀ ਗੱਲ ਸਾਨੂੰ ਗੁਰੂ